ਸਿੱਖਾਂ ਦੀ ਸਾਰੀ ਦੁਨੀਆ ਦੇ ਵਿੱਚ ਜੋ ਸੁਭ ਹੈ ਸਭ ਤੋਂ ਵੱਧ ਉਹ ਲੰਗਰ ਕਰਕੇ ਹੋਈ ਹੈ। ਪਿੱਛੇ ਕਿਸਾਨ ਮੋਰਚਾ ਲੱਗਿਆ ਕਿ ਜਿਹੜੀ ਪੁਲਿਸ ਨੇ ਸਾਡੇ ਬੰਦਿਆਂ ਦੇ ਡਾਂਗ ਭਰਾਈ, ਦੋਵਾਂ ਘੰਟਿਆਂ ਬਾਅਦ ਉਹ ਸਾਡੇ ਹੀ ਲੰਗਰ 'ਚ ਪ੍ਰਸ਼ਾਦਾ ਛੱਕ ਰਹੇ ਸੀ। ਤਾਂ ਇਸ ਗੱਲ ਨੇ ਦੁਨੀਆ ਦੇ ਬੜਿਆਂ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਕੌਣ ਲੋਕ ਨੇ ਜਿਹੜੇ ਦੁਸ਼ਮਣ ਨੂੰ ਵੀ ਓਨੀ ਇੱਜ਼ਤ ਨਾਲ ਅੰਨ ਪਾਣੀ ਛਕਾਉਂਦੇ ਨੇ। ਇਹ ਗੱਲ ਸਾਨੂੰ ਭਾਵੇਂ ਸਾਦੀ ਲੱਗਦੀ ਹੈ, ਪਰ ਜਿਹੜੇ ਲੋਕ ਸਿੱਖਾਂ ਨਾਲ ਨਹੀਂ ਜੁੜੇ ਉਹਨਾਂ ਲਈ ਇਹ ਅਚੰਭਾ ਹੈ ਵੀ ਇੱਦਾਂ ਕਿੱਦਾਂ। ਪਹਿਲੀ ਗੱਲ ਤਾਂ ਕਿਸੇ ਨੂੰ ਕੋਈ ਮੁਫ਼ਤ ਨਹੀਂ ਛਕਾਉਂਦਾ ਕੁਛ ਵੀ, ਪਰ ਜਿਹੜੇ ਨੇ ਤੁਹਾਨੂੰ ਹੁਣੇ ਕੁੱਟਿਆ ਤੁਸੀਂ ਉਹਨੂੰ ਓਨੀ ਇੱਜ਼ਤ ਨਾਲ ਛਕਾਓ। ਇਹ ਆਮ ਬੰਦੇ ਦੇ ਗੱਲ ਹਿਸਾਬ 'ਚ ਨਹੀਂ ਆਉਂਦੀ ਕਿ ਇਹ ਕੀ ਹੈ। ਇਹ ਸਾਡੇ ਵੀ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਇੰਨਾ ਠਰਮਾ ਕਿੱਥੋਂ ਮਿਲਿਆ ਹੋਇਆ। ਇਹ ਬਾਣੀ 'ਚੋਂ ਇਤਿਹਾਸ 'ਚੋਂ ਇਹ ਮਿਲਿਆ ਹੋਇਆ ਕਿ ਅਸੀਂ ਹਰ ਗੈਰ ਨੂੰ, ਅਸੀਂ ਆਪਣੇ ਦੁਸ਼ਮਣ ਨੂੰ ਵੀ ਬਿਨਾਂ ਕਿਸੇ ਡਰ ਭਉ ਤੋਂ, ਬਿਨਾਂ ਕਿਸੇ ਨਫ਼ਰਤ ਤੋਂ ਆਪਣੇ ਬਰਾਬਰ ਵਿਖਾ ਕੇ ਛਕਾ ਸਕਦੇ ਹਾਂ। ਅਤੇ ਜਦੋਂ ਲੰਗਰ ਚੱਲਦਾ ਹੈ ਉਹ ਸਿਰਫ ਭੁੱਖੇ ਲਈ ਹੈ, ਇੰਨੀ ਗੱਲ ਨਹੀਂ ਹੁੰਦੀ। ਲੰਗਰ ਦੇ ਵਿੱਚ ਤਿੰਨ ਗੱਲਾਂ ਹੋਰ ਨੇ। ਪਹਿਲੀ ਇਹ ਕਿ ਸਭ ਨੂੰ ਅਸੀਂ ਬਰਾਬਰ ਬਿਠਾ ਕੇ ਛਕਾਇਆ ਜਾਂਦਾ। ਬਰਾਬਰੀ ਆਪਣੇ ਆਪ 'ਚ ਇਕੱਲੀ ਕਾਫੀ ਨਹੀਂ ਹੁੰਦੀ। ਉਦੋਂ ਅਗਲਾ ਮਸਲਾ ਇਹ ਹੈ ਕਿ ਉਹਦੇ 'ਚ ਇੱਕ ਸਨਮਾਨ ਹੈ। ਲੰਗਰ ਵਰਤਾਉਣ ਵਾਲਾ ਚਾਹੇ ਰਾਜਾ ਹੋਵੇ, ਜਿਹੜਾ ਪੰਗਤ 'ਚ ਬੈਠਾ, ਉਹ ਚਾਹੇ ਨੌਕਰ ਹੋਵੇ, ਉਹ ਉਹਨੂੰ ਜੀ ਕਹਿ ਕੇ ਪ੍ਰਸ਼ਾਦਾ ਦੇਗਾ। ਇਕੱਲਾ ਭੋਜਨ ਨਹੀਂ ਹੈ, ਉਹਦੇ 'ਚ ਬਰਾਬਰੀ ਹੈ, ਉਹਦੇ 'ਚ ਇੱਜ਼ਤ ਵੀ ਹੈ। ਇਹਤੋਂ ਅਗਲਾ ਕਿ ਜਿਹੜਾ ਸੇਵਾ ਕਰ ਰਿਹਾ ਉਹਦਾ ਅਮਲ ਵੀ ਨਿਸ਼ਕਾਮ ਹੈ, ਉਹਦਾ ਕੁਝ ਛੁਪਿਆ ਨਹੀਂ ਹੈ ਕਿ ਉਹਨੇ ਜਿਹਨੂੰ ਛਕਾਇਆ ਉਹਨੂੰ ਕੁਛ ਕਹੇਗਾ ਕਿ ਤੂੰ ਸਿੱਖ ਬਣ ਜਾ ਤੂੰ ਮੈਨੂੰ ਪੈਸੇ ਦੇ ਦੇਵੇ। ਉਹਦੇ 'ਚ ਸੇਵਾ ਵੀ ਹੈ, ਉਹਦੇ 'ਚ ਇੱਜ਼ਤ ਵੀ ਹੈ, ਉਹਦੇ 'ਚ ਬਰਾਬਰੀ ਵੀ ਹੈ। ਇਹ ਭਾਵਨਾ ਸਾਡੇ ਸਾਰੇ ਬੰਦਿਆਂ 'ਚ ਵਰਤਦੀ ਦੇਖੋ, ਜਿਹੜੇ ਭਾਵੇਂ ਕੋਈ ਆਪਦੇ ਘਰ ਰੋਟੀ ਨਾ ਪਕਾਉਂਦਾ ਹੋਵੇ, ਚਾਹ ਨਾ ਬਣਾਉਂਦਾ ਹੋਵੇ, ਲੰਗਰ 'ਚ ਜਾ ਕੇ ਜੇ ਸੰਗਤ ਬਣੀਓ ਹੁਕਮ ਹੋਵੇ ਕੋਈ ਨਹੀਂ ਮੋੜਦਾ, ਖੁਸ਼ ਹੋ ਕੇ ਪਾਲਦੇ ਨੇ। ਇਹ ਜਿਹੜਾ ਅਮਲ ਹੈ ਸਾਡੇ ਇਤਿਹਾਸ ਸਾਡੇ ਅੰਦਰ ਆਇਆ ਹੋਇਆ, ਇਹ ਓਨਾ ਚਿਰ ਸਾਡੇ ਨਾਲ ਰਹੇਗਾ ਜਿੰਨਾ ਚਿਰ ਉਹਦੇ ਸ਼ਬਦ ਸਾਡੇ ਨਾਲ ਚੱਲਦੇ ਨੇ। ਜਿੱਦਾਂ ਲੰਗਰ ਲਈ ਅਸੀਂ ਸ਼ਬਦ ਬਦਲ ਲਿਆ, ਪ੍ਰਸ਼ਾਦੇ ਲਈ ਸ਼ਬਦ ਬਦਲ ਲਿਆ, ਤੁਸੀਂ ਵੇਖਿਓ ਕਿ ਸਾਡਾ ਰਿਸ਼ਤਾ ਬਦਲ ਜਾਏਗਾ।